ਸਰ ਮੇਰਾ ਨਾਮ ਸੁਨਾਮ ਸਿੰਘ ਆ। ਸੋ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਮੈਡਮ ਮਨਜੀਤ ਕੌਰ ਜੀ ਨੂੰ ਜਿਹੜਾ ਮਹਿਲਾ ਵਿੰਗ ਦੇ ਪ੍ਰਧਾਨ ਕੀਤਾ ਗਿਆ। ਸੋ ਅੱਜ ਸਾਡੇ ਸਾਥੀ ਪਹੁੰਚੇ ਨੇ ਕਰਮਜੀਤ ਜੀ ਜੋ ਕਿ ਹਲਕਾ ਪੱਛਮੀ ਦਾ ਯੂਥ ਦੇ ਪ੍ਰੈਜੀਡੈਂਟ ਨੇ, ਮੈਡਮ ਮੀਨਾ ਗੁਪਤਾ ਜੀ ਹਲਕਾ ਦੱਖਣੀ ਦੇ ਜਿਹੜੇ ਇੰਚਾਰਜ ਨੇ। ਸੋ ਮੀਡੀਆ ਤੋਂ ਜਿਹੜੇ ਸਾਡੇ ਮੀਡੀਆ ਘਰ ਪਹੁੰਚੇ ਨੇ, ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਹੋਰ ਵੀ ਜੋ ਸਾਥੀ ਪਹੁੰਚੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਡੈਮੋਕਰੈਟਿਕ ਪਾਰਟੀ ਆਫ ਇੰਡੀਆ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਔਰ ਪਿੰਡ ਜਿਹੜਾ ਆ ਖੇਲੇ ਦੇ ਵਿੱਚ ਫਤਿਹਾਬਾਦ ਦੇ ਕੋਲ, ਸੋ ਜਿਹੜੀ ਮੈਡਮ ਮਨਜੀਤ ਕੌਰ ਜੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਤਹਿ ਦਿਲੋਂ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ। ਔਰ ਵੱਧ ਤੋਂ ਵੱਧ ਜਿਹੜੇ ਗਰੀਬ ਲੋਕਾਂ ਨਾਲ ਜਿਹੜੀਆਂ ਧੱਕੇਸ਼ਾਹੀਆਂ ਹੁੰਦੀਆਂ ਜਾਂ ਗਰੀਬ ਲੋਕਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ, ਉਹ ਵੱਧ ਤੋਂ ਵੱਧ ਗਰੀਬ ਲੋਕਾਂ ਤੱਕ ਪਹੁੰਚ ਕਰਕੇ ਜਿਨ੍ਹਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਨੇ, ਸੋ ਉਹਨਾਂ ਦਾ ਸਾਥ ਦੇਣਗੇ। ਤੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡੈਮੋਕਰੈਟਿਕ ਪਾਰਟੀ ਆਫ ਇੰਡੀਆ ਸਮੁੱਚੇ ਸਮਾਜ ਦੇ ਅੰਦਰ ਜਾ ਕੇ ਜੋ ਸਾਡੇ ਰਾਸ਼ਟਰੀ ਪ੍ਰਧਾਨ ਸਾਹਿਬ ਸ਼੍ਰੀ ਪੁਰਸ਼ੋਤਮ ਚੱਡਾ ਜੀ ਆ, ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਹੜੀ ਪਾਰਟੀ ਚੱਲਦੀ ਪਈ ਆ, ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਜਿਹੜਾ ਡੈਮੋਕਰੈਟਿਕ ਪਾਰਟੀ ਆਫ ਇੰਡੀਆ ਪੂਰਾ ਕਰੇਗੀ। ਸੋ ਸਾਰੇ ਸਾਥੀਆਂ ਦਾ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਜੋ ਜੀ ਸਾਰੀਆਂ ਸੰਗਤਾਂ ਇੱਥੇ ਹਾਜ਼ਰ ਹੋਈਆਂ ਨਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ। ਜੋ ਇੱਥੇ ਆਪਣੀ ਭੈਣ ਜੀ ਨੂੰ ਜ਼ਿੰਮੇਵਾਰੀ ਦਿੱਤੀ ਆ ਉਹ ਤਹਿ ਦਿਲੋਂ ਸੰਭਾਲਣਗੇ। ਜੋ ਇੱਥੇ ਸਾਥੀ ਆ ਉਹਨਾਂ ਦਾ ਸਾਥ ਦੇਣਗੇ। ਜੋ ਵੀ ਗਰੀਬਾਂ ਨਾਲ ਧੱਕਾਸ਼ਾਹੀ ਹੁੰਦੀ ਆ ਉਹਦੇ ਵਿੱਚ ਡਟ ਕੇ ਮੁਕਾਬਲਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈਗੇ ਜੀ ਤੁਹਾਡੇ? ਹਰਜੀਤ ਸਿੰਘ ਦਾਸ, ਹਰਜੀਤ ਸਿੰਘ ਪਿੰਡ ਖੇਲੇ ਤੋਂ ਜੀ। Yeah.